ਠੀਕ ਹੈ ਭਾਜੀ ਹਾਂਜੀ ਹਾਂਜੀ ਹੌਲੀ ਹੌਲੀ ਰੇਸ ਆਵੇ ਬ੍ਰੇਕ ਦਾ ਬ੍ਰੇਕ 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 ਉਹ ਉਹ ਦੱਬ ਲੈ ਜੀ ਉਹ ਚਲੋ 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 ਹਾਰਨ ਮਾਰਨਾ ਹਾਰਨ ਨਹੀਂ ਨਹੀਂ ਹਾਰ ਨਹੀਂ ਮਾਰਨਾ ਇੱਥੇ ਇੱਥੇ ਲੜ ਨਹੀਂ ਹੈਗਾ ਹਾਰ ਉਹ ਹੋ ਚਲੋ ਚਲੋ ਹੌਲੀ 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 ਦੇ 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 ਸਾਰੇ ਥੋੜੀ ਜੀ ਰੇਸ ਆ ਰੇਸ ਆ ਦੇ ਦਾ ਉਹ ਹੌਲੀ ਹੌਲੀ ਬ੍ਰੇਕ 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 ਪੂਰਾ ਗੁੱਸਾ ਆ ਗਿਆ ਸੀ ਚਲੋ ਹੌਲੀ ਆਰਾਮ ਨਾਲ ਚਲਾਓ ਇਹਨੂੰ ਬਾਲ ਹੌਲੀ ਹੌਲੀ ਜਾਈ ਜਾਣ ਦਿਓ ਥੋੜ੍ਹੇ ਥੋੜ੍ਹੇ ਸਿਗਨਲ ਦਾ ਧਿਆਨ ਰੱਖਿਓ ਸ਼ੀਸ਼ੇ ਬਾਜ਼ ਕਰੋ ਸ਼ੀਸ਼ੇ ਦੇਖੋ ਮਗਰ ਟਰੱਕ ਠੀਕ ਆਉਂਦੀ ਆ ਉਹ ਇਦਾਂ ਪਤਾ ਨਹੀਂ ਲੱਗਦਾ ਜੀ ਕੁਛ ਪਤਾ ਲੱਗੂਗਾ ਹੌਲੀ ਹੌਲੀ ਚਲੋ ਰੁਕ 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 ਲੈ ਜੇ ਤੂੰ ਹੀ ਜਾਣਾ ਤੇਰੇ ਪਾਸ ਦਾ ਕੰਮ ਨਹੀਂ ਹੈਗਾ ਤੇ ਲੈ ਰੁਕ ਦੇ ਰੁਕ ਮੈਂ ਦਿਖਾਉਣਾ ਤੈਨੂੰ ਕਿੱਦਾਂ ਚੱਲਦਾ ਇੱਧਰ ਆ ਜਾ ਤੇਰੇ ਪਾਸ ਦਾ ਕੰਮ ਨਹੀਂ ਹੈਗਾ ਹਾਂਜੀ ਆਪਣਾ ਪ੍ਰੀਤ ਭਾਜੀ ਮੇਰੀ ਗੱਲ ਬਣੂ ਨਹੀਂ ਬਣੂ ਅਜੇ ਅਜੇ ਨਹੀਂ ਜੀ ਗੱਲ ਬਣਦੀ ਤੁਹਾਡੀ ਹਜੇ ਥੋੜ੍ਹੀ ਜਿਹੀ ਹੋਰ ਮਿਹਨਤ ਦੀ ਜ਼ਰੂਰਤ ਆ ਤੁਹਾਨੂੰ ਕਮਾਲ ਦੀ ਗੱਲ ਆ ਜੀ ਇੰਨਾ ਜ਼ੋਰ ਲਾਇਆ ਹਜੇ ਵੀ ਗੱਲ ਬਣੀ ਨਹੀਂ ਮੈਂ ਦੱਸ ਦੇਵਾਂ ਸਾਡੇ ਜਿੰਨੇ ਹੈਗੇ ਨੇ ਪੰਜਾਬੀ ਵੀ ਮੈਂ ਜਿਹੜੀ ਹੈ ਟਰੱਕ ਡਰਾਈਵਿੰਗ ਸਿੱਖਣ ਆਇਆ ਸੀ ਸਕੂਲ ਇੱਥੇ ਹੈਗਾ ਜਿਹੜਾ ਏ ਐਂਡ ਜੇ ਟਰੱਕ ਡਰਾਈਵਿੰਗ ਸਕੂਲ ਅਤੇ ਮੈਂ ਦੂਜੀ ਵਾਰ ਆਇਆ ਇੱਥੇ ਪਹਿਲਾਂ ਵੀ ਆਇਆ ਸੀ ਮੈਂ ਉਦੋਂ ਵੀ ਪਾਸ ਨਹੀਂ ਹੋਇਆ ਇਹਨਾਂ ਨੇ ਬਹੁਤ ਜ਼ੋਰ ਲਾਇਆ ਹੁਣ ਫਿਰ ਮੈਂ ਦੁਬਾਰਾ ਇੱਥੇ ਆਇਆ ਸੀਗਾ ਵੀ ਕਿਉਂਕਿ ਪੁਲਿਸ ਦੀ ਨੌਕਰੀ ਨਾਲ ਕੁਛ ਬਣਦਾ ਨਹੀਂ ਇਕੱਲੀ ਨਾਲ ਨਾ ਜੀ ਰਿਸ਼ਵਤ ਲੋਕ ਦੇਣੋਂ ਫੜ ਗਏ ਕਿਉਂ ਜੀ ਹਾਂਜੀ ਹਾਂਜੀ ਅਤੇ ਫਿਰ ਇਸ ਕਰਕੇ ਮੈਂ ਹੁਣ ਡਰਾਈਵਿੰਗ ਸਿੱਖਣੀ ਆ ਅਤੇ ਇਹ ਕਹਿੰਦੇ ਅਜੇ ਗੱਲ ਬਣਨੀ ਨਹੀਂ ਕੋਈ ਨਹੀਂ ਆਪਾਂ ਹੋਰ ਮਿਹਨਤ ਕਰ ਲਾਂਗੇ ਮਿਹਨਤ ਕਰਨ ਦੀ ਲੋੜ ਆ ਜੀ ਤੁਹਾਨੂੰ ਮਿਹਨਤ ਕਰੋ ਅਤੇ ਫਿਰ ਹੌਲੀ ਹੌਲੀ ਗੱਲ ਬਣ ਜਾਣੀ ਹਾਂਜੀ ਮੇਰੇ ਨਾਲ ਹੁਣ ਹੈਗੇ ਨੇ ਪ੍ਰੀਤ ਸਿੱਧੂ ਅਤੇ ਨਾਲ ਦੀ ਨਾਲ ਇਹਨਾਂ ਦੇ ਭਰਾ ਦੀਪ ਸਿੱਧੂ ਉਹਨਾਂ ਨਾਲ ਵੀ ਗੱਲ ਕਰਾਂਗੇ ਅਤੇ ਅੱਛਾ ਜੀ ਵੈਸੇ ਚਲੋ ਮੇਰੀ ਨਲਾਇਕੀ ਹੈਗੀ ਪੁਲਿਸ ਵਾਲੇ ਵੈਸੇ ਵੀ ਪਤਾ ਕੀ ਦਿਮਾਗ ਨੂੰ ਮੁੜ ਕੇ ਘੱਟੀ ਕੰਮ ਕਰਦਾ ਵੈਸੇ ਵੀ ਆਦਤਾਂ ਜਿਹੜੀਆਂ ਸਾਨੂੰ ਪਈਆਂ ਪੰਜਾਬ ਵਾਲੀਆਂ ਟਰੱਕ ਗੱਡੀ ਇੱਧਰੋਂ ਕੱਢ ਲਈ ਉੱਧਰੋਂ ਕੱਢ ਲਈ ਰੈਡ ਲਾਈਟ ਕੱਢ ਲਈ ਪਾਸ ਸਵਾਹ ਹੋਣਾ ਅਤੇ ਇੱਥੇ ਕਾਨੂੰਨ ਦਾ ਧਿਆਨ ਰੱਖਣਾ ਪੈਂਦਾ ਕਾਨੂੰਨ ਦਾ ਧਿਆਨ ਰੱਖਣਾ ਪੈਂਦਾ ਜੀ ਇਸ ਕਰਕੇ ਥੋੜ੍ਹੀ ਜਿਹੀ ਮਿਹਨਤ ਦੀ ਜ਼ਰੂਰਤ ਆ ਅਤੇ ਮਿਹਨਤ ਕਰੋ ਹੁਣ ਤੁਹਾਡੇ ਪੁਲਿਸ ਵਾਲੇ ਮਹਿਕਮੇ 'ਚ ਮਿਹਨਤ ਕਰਦੇ ਨੇ ਹਾਂਜੀ ਅਤੇ ਰਿਸ਼ਵਤ ਦੇ ਕੇ ਕੰਮ ਹੋ ਜਾਂਦੇ ਨੇ ਤੁਹਾਨੂੰ ਮਿਹਨਤ ਕਰਨ ਦੀ ਕੀ ਲੋੜ ਸੀਗੀ ਹਾਂਜੀ ਤੁਹਾਨੂੰ ਮਿਹਨਤ ਦੀ ਲੋੜ ਆ ਅਤੇ ਹੁਣ ਤੁਸੀਂ ਮਿਹਨਤ ਕਰੇਗੇ ਹੋ ਤਾਂ ਗਾਹਾਂ ਪਾਸ ਹੋਏਗੇ ਅੱਬਲ ਠੀਕ ਹੈ ਜੀ ਆਪਾਂ ਇਹ ਏ ਐਂਡ ਜੇ ਟਰੱਕ ਡਰਾਈਵਿੰਗ ਸਕੂਲ ਕਿੰਨੀ ਦੇਰ ਹੋ ਗਈ ਵੈਸੇ ਤੁਸੀਂ ਪਹਿਲਾਂ ਦੱਸਿਆ ਸੀ ਫਿਰ ਵੀ ਚਲੋ ਆਪਾਂ ਦੁਬਾਰਾ ਪੁੱਛ ਲੈਂਦੇ ਹਾਂਜੀ ਅਸੀਂ 2015 ਤੋਂ ਟਰੱਕ ਡਰਾਈਵਿੰਗ ਸਕੂਲ ਖੋਲ੍ਹਿਆ ਹੋਇਆ ਅੱਛਾ ਜੀ ਅਤੇ ਉਸ ਤੋਂ ਹੀ ਬਸ ਇਹ ਸੇਵਾਵਾਂ ਆਪਣੀਆਂ ਪ੍ਰੋਵਾਈਡ ਕਰੀਦੀਆਂ ਨੇ ਲਾਇਸੈਂਸ ਲੈਣ ਲਈ ਹਰ ਇੱਕ ਪੱਧਰੀ ਮਿਹਨਤ ਦੇ ਜਿਹੜੇ ਬੰਦੇ ਕਰਦੇ ਆ ਅਤੇ ਮਿਹਨਤ ਦਾ ਫਲ ਗਾਹਾਂ ਮਿਲਦਾ ਅੱਛਾ ਇੱਥੇ ਕਾਫੀ ਸਟੂਡੈਂਟ ਆਉਂਦੇ ਮੈਂ ਦੇਖਿਆ ਵੀ ਤੁਹਾਡੇ ਕੋਲ ਨਿਊਯਾਰਕ ਤੋਂ ਵੀ ਸਟੂਡੈਂਟ ਤੋਂ ਬੜੀ ਦੂਰੋਂ ਦੂਰੋਂ ਸਟੂਡੈਂਟ ਆਉਂਦੇ ਸਾਰੇ ਹਾਂਜੀ ਸਾਡੇ ਆਲ ਅਮੈਰੀਕਾ ਤੋਂ ਸਟੂਡੈਂਟ ਆਉਂਦੇ ਆ ਸਾਰੇ ਠੀਕ ਹੈ ਜੀ ਅਤੇ ਅਸੀਂ ਬੰਦੇ ਨੂੰ ਸਟੂਡੈਂਟ ਨਹੀਂ ਅਸੀਂ ਫਰੈਂਡਲੀ ਤੌਰ 'ਤੇ ਸਿਖਾਉਂਦੇ ਹਾਂ ਅਗਲੇ ਨੂੰ ਵਧੀਆ ਅਤੇ ਲੋਕਾਂ ਨੂੰ ਜੇ ਵਧੀਆ ਲੱਗਦਾ ਤਾਂ ਹੀ ਸਾਡੇ ਕੋਲ ਬਾਹਰਲੀਆਂ ਸਟੇਟਾਂ 'ਚੋਂ ਬੰਦੇ ਆਉਂਦੇ ਆ ਠੀਕ ਹੈ ਜੀ ਅਤੇ ਆਓ ਚੱਲੀਏ ਕਲਾਸ ਦੇ ਅੰਦਰ ਦੇਖੀਏ ਕੀ ਮਾਹੌਲ ਆ ਹਾਂ ਬੱਲੇ ਬੱਲੇ ਜੀ ਇਹ ਆ ਜੀ ਕਲਾਸ ਰੂਮ ਹੈ ਜੀ ਬੜਾ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਧਰੋਂ ਹੀ ਸ਼ੁਰੂ ਕਰ ਲਈਏ ਗੱਲ ਹੈਲੋ ਹਾਈ ਹਾਊ ਯੂ ਡੂਇੰਗ ਆਈ ਐਮ ਗੁੱਡ ਹਾਊ ਯੂ ਆਈ ਐਮ ਐਕਸਲੈਂਟ ਥੈਂਕ ਯੂ ਫॉर ਆਸਕਿੰਗ ਵਾਈ ਯੂ ਆਰ ਹੇਅਰ ਆਈ ਐਮ ਹੇਅਰ ਟੂ ਲਰਨ ਟਰੱਕ ਸੈਮੀ why because good jobs good paying jobs get money lots of money 60 to 120,000 $140,000 a year and A&J is an excellent place to come learn good haji tusi kidda wal kidda karaye je badla nu ag lagi hundi hai haji ki naam hai ji sandeep singh ji haji sandeep singh acha te tusi bhi license lena hai ਅਤੇ ਵਧੀਆ ਬੰਦੇ ਕਹਿੰਦੇ ਬੜਾ ਵਧੀਆ ਲਾਇਸੈਂਸ ਮੈਂ ਪਹਿਲਾਂ ਵੀ ਆਇਆ ਸੀ 2 ਸਾਲ ਪਹਿਲਾਂ ਅਤੇ ਉਦੋਂ ਵੀ ਬੜਾ ਇੱਥੇ ਇਕੱਠ ਸੀ ਰੌਣਕ ਵਧੀਆ ਸੀ ਯਾ ਵੈਰੀ ਗੁੱਡ ਟੀਚਰਸ ਗੁੱਡ ਯਾ ਓਕੇ ਫੋਨ ਦਿਖਾਓ ਤਾਂ ਜਰਾ ਚਾਈਨਾ ਦਾ ਨਹੀਂ ਇਹ ਚਾਈਨਾ ਦਾ ਨਹੀਂ ਪੰਜਾਬ ਪੁਲਿਸ ਕੋਲ ਚੱਲਦਾ ਹਾਂਜੀ ਤੁਹਾਡਾ ਕੀ ਨਾਂ ਜੀ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਹਾਂਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਵਧੀਆ ਇੱਥੇ ਹਾਂਜੀ ਬਹੁਤ ਵਧੀਆ ਗਜੂ ਵਧੀਆ ਲੱਗਦੇ ਤਾਂ ਹੈਂਡ ਡਰਾਈਵਿੰਗ ਸਿੱਖਣ ਵਾਲੇ ਕੁੜਤਾ ਪਜਾਮਾ ਲੀਡਰਾਂ ਨੂੰ ਪਾਇਆ ਹਾਂਜੀ ਹਾਂਜੀ ਮੋਹਿਤ ਕੁਮਾਰ ਮੋਹਿਤ ਕੁਮਾਰ ਹਾਂਜੀ ਵਧੀਆ ਜੀ ਡਰ ਕਿਉਂ ਰਹੇ ਆ ਆਪ ਡਰਕੜ ਰਹਿ ਗਏ ਐਸੇ ਨਹੀਂ ਡਰਨਾ ਚਾਹੀਏ ਹਮ ਅੱਛੇ ਬੰਦੇ ਹੈ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਕੀ ਮਾਹੌਲ ਹੈ ਇੱਥੇ ਤੁਸੀਂ ਵੀ ਡਰਾਈਵਿੰਗ ਸਿੱਖਣ ਲੱਗੇ ਹਾਂਜੀ ਡਰਾਈਵਿੰਗ ਸਿੱਖਣ ਆਏ ਆ ਜੀ ਚਲੋ ਵਧੀਆ ਵਧੀਆ ਅਤੇ ਚੰਗੀ ਗੱਲ ਨਾਮ ਦੱਸ ਦਿਓ ਕੁਲਦੀਪ ਸਿੰਘ ਕੁਲਦੀਪ ਸਿੰਘ ਜੀ ਹੋਰ ਠੀਕ ਹੋ ਜੀ ਤੁਸੀਂ ਗਾਣਾ ਗੁਣਾ ਤਾਂ ਨਹੀਂ ਆਇਆ ਤੁਹਾਨੂੰ ਕਿਸੇ ਨੂੰ ਨਹੀਂ ਆਇਆ ਦੱਸ ਦਿਓ ਗਾਣਾ ਬਾਹਰ ਜਾ ਕੇ ਕਰ ਆਇਓ ਹਾਂਜੀ ਤੁਹਾਡਾ ਨਾਮ ਸੋਨਾ ਸੋਨਾ ਜੀ ਹਿੰਦੀ ਪੰਜਾਬੀ ਪੰਜਾਬੀ ਯਾ ਹਿੰਦੀ ਹਿੰਦੀ ਹੀ ਬੋਲਤਾ ਹੈ ਆਪ ਸੋਨਾ ਜੀ ਆਪ ਕਹਾਂ ਸੇ ਹੈ ਨੇਪਾਲ ਸੇ ਨੇਪਾਲ ਸੇ ਵਾਹ ਵਾਹ ਲੱਗ ਰਹਾ ਹੈ ਆਪ ਨੇਪਾਲ ਸੇ ਹੋ ਕਿਉਂਕਿ ਐਸੀ ਖੂਬਸੂਰਤੀ ਨੇਪਾਲ ਮੇਂ ਹੀ ਹੈ ਤਾੜੀਆਂ ਮਾਰਦੇ ਨੇ ਹਾਂਜੀ ਮੇਰਾ ਨਾਮ ਪਰਵਿੰਦਰ ਆ ਪਰਵਿੰਦਰ ਜੀ ਹਾਂਜੀ ਵਾਹ ਜੀ ਆਪਾਂ ਤਾਂ ਪੰਜਾਬੀ ਫੇ ਹਾਂਜੀ ਪੰਜਾਬੀ ਆ ਬਹੁਤ ਵਧੀਆ ਸਿਖਾਉਂਦੇ ਆ ਇੱਥੇ
ਤੇ ਕੁੜੀਆਂ ਵੀ ਇੱਥੇ ਤਾਂ ਅਸੀਂ ਇੱਥੇ ਆਏ ਆ ਕੁੜੀਆਂ ਦਾ ਕਰਕੇ ਠੀਕ ਹੈ ਜੀ ਤੇ ਦੀਦੀ ਆ ਬਹੁਤ ਵਧੀਆ ਸਿਖਾਉਂਦੇ ਸਾਨੂੰ ਕੁੜੀਆਂ ਵਾਸਤੇ ਅਲੱਗ ਪ੍ਰਬੰਧ ਇਹਨਾਂ ਦਾ ਹਾਂਜੀ ਤੇ ਬਾਅਦ ਚ ਸਿੱਖ ਕੇ ਫਿਰ ਹਸਬੰਡ ਤੁਹਾਡੇ ਡਰਾਈਵਿੰਗ ਕਰਦੇ ਨਹੀਂ ਮੇਰੇ ਹਸਬੰਡ ਨਹੀਂ ਮੈਂ ਜਿੱਦਾਂ ਮੇਰੇ ਹੈਗੇ ਆ ਫਰੈਂਡ ਲਾਈਕ ਮੇਰੇ ਬ੍ਰਦਰ ਲਾ ਆ ਸਾਰੇ ਉਹਨਾਂ ਦੇ ਨਾਲ ਚਲਾਉਣਾ ਤੇ ਠੀਕ ਹੈ ਮੈਂ ਕਿਹਾ ਜੀ ਹਸਬੰਡ ਦੇ ਨਾਲ ਹਸਬੰਡ ਵਾਈਫ ਟੀਮ ਡਰਾਈਵਰ ਜਾਣ ਉਹ ਖਤਰਾ ਹੀ ਰਹਿੰਦਾ ਪਤਾ ਨਹੀਂ ਕਿਹੜੇ ਵੇਲੇ ਲੜ ਪੈਣਾ ਪਤਾ ਨਹੀਂ ਕਿਹੜੇ ਵੇਲੇ ਲੜ ਪੈਣਾ ਚਲਾਉਂਦੇ ਆ ਹੁਣ ਕੋਈ ਖਤਰਾ ਨਹੀਂ ਹੈ ਠੀਕ ਹੈ ਜੀ ਚਲੋ ਮਿਹਰਬਾਨੀ ਤੁਹਾਡਾ ਕੀ ਨਾਮ ਜੀ ਹਰਵੀਰ ਸਿੰਘ ਠੇੜਾ ਜੀ ਅੱਛਾ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਤੁਸੀਂ ਇਹਨੇ ਗੁੱਸੇ 'ਚ ਕਾਹਤੋਂ ਕਦੇ ਪੰਜਾਬ ਦੇ ਵਿੱਚ ਪੁਲਿਸ ਨੇ ਪੈਸੇ ਪੂਏ ਤਾਂ ਲਈ ਮੇਰੇ ਕੋਲ ਬੋਲ ਹੀ ਦੱਸਦਾ ਜੀ ਅੱਛਾ ਮੈਂ ਕਦੇ ਪੰਜਾਬ ਦੇ ਪੁਲਿਸ ਨੇ ਪੈਸੇ ਪੂਏ ਤਾਂ ਲਈ ਨਹੀਂ 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 ਠੀਕ ਹੈ ਪੁਲਿਸ ਯਾਰ ਡਰ ਲੱਗਦਾ ਹੁਣ ਪੰਜਾਬ ਇੱਧਰ ਨਹੀਂ ਡਰਦੇ ਜੀ ਪੁਲਿਸ ਤੋਂ ਇੱਧਰ ਨਹੀਂ ਡਰਦੇ ਹਾਂਜੀ ਚਲੋ ਵੈਸੇ ਕੋਈ ਗਿਫਟ ਗੁਫਟ ਦੇਣਾ ਉਹ ਦੇ ਸਕਦੇ ਤੁਸੀਂ ਆਈ ਡੋਂਟ ਮਾਈਂਡ ਕੀ ਹਾਲ ਚਾਲ ਹੈ ਜੀ ਬਿਲਕੁਲ ਠੀਕ ਠਾਕ ਮੈਂ ਬਿਲਕੁਲ ਠੀਕ ਹਾਂ ਜੀ ਬਿਲਕੁਲ ਠੀਕ ਠਾਕ ਤੁਸੀਂ ਵੀ ਸਿੱਖਣ ਨਹੀਂ ਨਹੀਂ ਜੀ ਮੈਂ ਮੁਹੰਮਦ ਅਫਜ਼ਲ ਮੇਰਾ ਨਾਮ ਹੈ ਔਰ ਮੈਂ ਪਾਕਿਸਤਾਨ ਸੇ ਹੂੰ ਪਾਕਿਸਤਾਨ ਸੇ ਹੂੰ ਜੀ ਬੜੀ ਅੱਛੀ ਬਾਤ ਹੈ ਹਾਥ ਮਿਲਾਓ ਜੀ ਇਹ ਆਪਾਂ ਹਮ ਸਭ ਭਾਈ ਭਾਈ ਹੈ ਜੇ ਤੋ ਲੀਡਰੋਂ ਨੇ ਉਹ ਡਾਲ ਰੱਖਾ ਹੈ ਵਿੱਚ ਮੇ ਹਾਂ ਉਹ ਤੋ ਰੋਲਾ ਉਹਨੀ ਕਾ ਹੈ ਹਮ ਪੋਲਿਟਿਕਲੀ ਉਹਨਾਂ ਤੋਂ ਕੋਈ ਮਸਲਾ ਨਹੀਂ ਹੈ ਠੀਕ ਹੈ ਜੀ ਪਾਕਿਸਤਾਨ ਮੇ ਮੈਂ ਕਰਾਚੀ ਸੇ ਹੂੰ ਪੁਲਿਸ ਪੈਸੇ ਲੈਤੀ ਹੈ ਹਾਂ ਬਿਲਕੁਲ ਲੈਤੀ ਹੈ ਆਪ ਹਿੰਦੁਸਤਾਨ ਕੀ ਪੁਲਿਸ ਕੋ ਵੀ ਦੋ ਰਹੇ ਪੰਜਾਬ ਪੁਲਿਸ ਸਾਰੇ ਪੈਸੇ ਦੋ ਰਹੇ ਤੋ ਦੇਤੇ ਹੀ ਨਹੀਂ ਜੈਸੇ ਹਮਨੇ ਮੁਕਾਬਲਾ ਕਰਾਨਾ ਹੋ ਕੰਪੀਟੀਸ਼ਨ ਠੀਕ ਹੈ ਕਿ ਇੱਕ ਕੁਐਸਚਨ ਆ ਗਿਆ ਆਪਕੋ ਕਿ ਪੰਜਾਬ ਪੁਲਿਸ ਜ਼ਿਆਦਾ ਪੈਸੇ ਲੈਤੀ ਹੈ ਕਿ ਪਾਕਿਸਤਾਨ ਕੀ ਪੰਜਾਬ ਪੁਲਿਸ ਜ਼ਿਆਦਾ ਲੈਤੀ ਹੈ ਤੋ ਆਪ ਕਿਸ ਕੋ ਨੰਬਰ ਜ਼ਿਆਦਾ ਦੋਗੇ ਮੇਰਾ ਖਿਆਲ ਹੈ ਕਿ ਇੰਡੀਆ ਕੀ ਪੰਜਾਬ ਪੁਲਿਸ ਜ਼ਿਆਦਾ ਪੈਸੇ ਲੈਤੀ ਹੋ ਚਲੀਏ ਜੀ ਇਹ ਤਾਂ ਕੰਮ ਖਰਾਬ ਹੈ ਹਾਂਜੀ ਇੱਧਰ ਜੀ ਇੱਧਰ ਹੈਲੋ ਹਾਂਜੀ ਕੀ ਹਾਲ ਹੈ ਜੀ ਠੀਕ ਹੈ ਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਹਾਂਜੀ ਤੇ ਲੈ ਲਿਆ ਲਾਇਸੈਂਸ ਕਰਨਾ ਨਹੀਂ ਲੈਣਾ ਹੀ ਹੈ ਜੀ ਰਿਟਰਨ ਪਾਸ ਕਰਨਾ ਹੀ ਹੈ ਜੀ ਅੱਛਾ ਰਿਟਰਨ ਹਾਂਜੀ ਹਾਂਜੀ ਠੀਕ ਹੈ ਜੀ ਕਰ ਲਓ ਮੇਰੇ ਵਾਂਗੂ 8 ਵਜੇ ਨਾ ਕਰੋ ਠੀਕ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਬਾਹਰ ਠੀਕ ਠਾਕ ਜੀ ਭਾਈ ਤੁਹਾਡਾ ਕੀ ਨਾਮ ਜਗਮੋਹਨ ਸਿੰਘ ਜੀ ਕਬੱਡੀ ਕੁੱਡੀ ਖੇਡ ਨਹੀਂ ਭਾਜੀ ਹੁਣ ਕਬੱਡੀ ਕਿੱਥੇ ਹੁਣ ਤਾਂ ਇੱਥੇ ਆ ਗਏ ਹਾਂ ਕਬੱਡੀ ਟਰੱਕ ਦਾ ਲੈਣ ਆਏ ਲਾਇਸੈਂਸ ਭਾਜੀ ਬਾਹਰ ਲੈਣ ਨੂੰ ਲਾਇਸੈਂਸ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਸ਼ਰਨ ਸਿੰਘ ਆਇਆ ਜੀ ਗੁਰਸ਼ਰਨ ਸਿੰਘ ਜੀ ਹਾਂਜੀ ਤੇ ਤੁਸੀਂ ਕੀ ਕਰਦੇ ਇੱਥੇ ਲਾਇਸੈਂਸ ਲੈਣ ਆਇਆ ਜੀ ਅੱਛਾ ਜੀ ਹਾਂਜੀ ਤੇ ਕਿੰਨੇ ਦਾ ਮਿਲ ਜਾਂਦਾ ਮਿਲ ਜੂ 2000 ਦਾ ਜੀ 2000 ਦਾ ਮਿਲ ਹਾਂਜੀ ਤੇ ਲੈ ਦੇ ਕਿੰਨੀ ਕੰਮ ਹੁੰਦਾ ਨਹੀਂ ਜੀ ਅੱਛਾ ਉਹ ਨਹੀਂ ਹੁੰਦਾ ਇੱਥੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਰਨਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਹਾਂਜੀ ਤੁਸੀਂ ਵੀ ਅਜੇ ਕਰ ਰਹੇ ਹੋ ਟ੍ਰੇਨਿੰਗ ਨਾ ਹੋ ਗਿਆ ਮੇਰਾ ਠੀਕ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੁਮਨਦੀਪ ਜੀ ਸੋਨਪ੍ਰੀਤ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਐਜ਼ ਏ ਇਨਸਟ੍ਰਕਟਰ ਕੰਮ ਕਰਦੀ ਹਾਂ ਇੱਥੇ ਵਾਹ ਜੀ ਵਾਹ ਹਾਂਜੀ ਤੁਸੀਂ ਸਿਖਾਉਂਦੇ ਮਤਲਬ ਇਕੱਲੇ ਨਹੀਂ ਇਕੱਲੇ ਨਹੀਂ ਸਾਡੀ ਟੀਮ ਹੈ ਪੂਰੀ ਅੱਛਾ ਨਹੀਂ ਮਤਲਬ ਟਰੱਕ ਕਿੱਡਾ ਸਾਰਾ ਹੁੰਦਾ ਨਾ ਹਾਂਜੀ ਹਾਂ ਉਹ ਤਾਂ ਹੁਣ ਈਜ਼ੀ ਲੱਗਣ ਲੱਗ ਗਿਆ ਜਦੋਂ ਆਪਾਂ ਸਿੱਖ ਲੈਂਦੇ ਹਾਂ ਫਿਰ ਈਜ਼ੀ ਲੱਗ ਠੀਕ ਹੈ ਜੀ ਇਨਸਟ੍ਰਕਟਰ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜ਼ਰੂਰੀ ਹੈ ਜੀ ਮੈਂ ਇਨਸਟ੍ਰਕਟਰ ਬਣਨਾ ਹੋਵੇ ਮੈਨੂੰ ਕੀ ਕਰਨਾ ਚਾਹੀਦਾ ਤੁਹਾਨੂੰ ਪਹਿਲਾਂ ਕਲਾਸ ਏ ਦਾ ਲਾਇਸੈਂਸ ਲੈਣਾ ਪੈਣਾ ਹੈ ਅੱਛਾ ਜੀ ਠੀਕ ਹੈ ਫਿਰ ਤੁਹਾਡੀ ਟ੍ਰੇਨਿੰਗ ਚੱਲੂਗੀ ਤੁਹਾਡੇ ਕੋਲ ਥੋੜਾ ਜਿਹਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਫਿਰ ਤਾਂ ਤੁਸੀਂ ਇਨਸਟ੍ਰਕਟਰ ਲੱਗ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਇੱਥੇ ਸਟੂਡੈਂਟ ਆਉਂਦੇ ਨੇ ਸਿਖਾਉਂਦੇ ਨੇ ਕਦੇ ਕਿਸੇ ਸਟੂਡੈਂਟ ਤੇ ਗੁੱਸਾ ਵੀ ਆਇਆ ਵੀ ਕਿੱਥੇ ਮੱਥਾ ਮਾਰੀ ਜਾਂਦੀ ਹੈ ਸਿੱਖਦਾ ਹੀ ਨਹੀਂ ਹੈਗਾ ਨਹੀਂ ਗੁੱਸਾ ਨਹੀਂ ਆਉਂਦਾ ਹੈਗਾ ਕਿਉਂਕਿ ਸਾਰੇ ਸਟੂਡੈਂਟ ਸਿੱਖਣ ਆ ਰਹੇ ਆ ਜੇ ਪਹਿਲਾਂ ਹੀ ਉਹ ਸਿੱਖੇ ਹੁੰਦੇ ਤਾਂ ਫਿਰ ਉਹ ਸਾਡੇ ਕੋਲ ਕਿਉਂ ਆਉਂਦੇ ਹਨਾ ਦੇਖੋ ਜੀ ਸਟੂਡੈਂਟਾਂ ਨੂੰ ਵੀ ਇਹ ਨਾ ਜਿੰਨੀ ਜਲਦੀ ਸਿੱਖਣਗੇ ਟਰੱਕ ਤੇ ਚੜਨਗੇ ਉਦੋਂ ਉਨੀ ਜਲਦੀ ਨੋਟ ਫਿਰ ਸ਼ੁਰੂ ਹੋਣੇ ਉਹਨਾਂ ਤੋਂ ਵੱਧ ਸਾਨੂੰ ਜਲਦੀ ਹੁੰਦੀ ਆ ਵੀ ਉਹ ਜਲਦੀ ਜਲਦੀ ਆਪਣਾ ਕੰਮ ਕਰਨ ਵੀ ਸਿੱਖ ਕੇ ਕੰਮ ਕਰਨਾ ਆਪਣਾ ਪੈਸੇ ਉੱਕੇ ਫੁੱਕੇ ਲੈਂਦੇ ਹੋਣੇ ਨਾ ਹਾਂਜੀ ਹਾਂ ਤਾਂ ਹੀ ਤਾਂ ਵੀ ਜਲਦੀ ਹੁੰਦੀ ਜੇ ਘੰਟੇ ਦੇ ਹਿਸਾਬ ਨਾਲ ਫਿਰ ਨਹੀਂ ਜਲਦੀ ਹੋਣੀ ਤੁਹਾਨੂੰ ਚਲੋ ਖੈਰ ਕੀ ਕਿਹੜਾ ਏਰੀਆ ਤੁਹਾਡਾ ਸਾਡਾ ਲੁਧਿਆਣਾ ਏਰੀਆ ਲੁਧਿਆਣੇ ਤੋਂ ਹਾਂਜੀ ਚਲੋ ਜੀ ਆਲ ਦਾ ਬੈਸਟ ਤੇ ਮੈਂ ਕੋਸ਼ਿਸ਼ ਕਰ ਰਿਹਾ ਸਿੱਖਣ ਦੀ ਤੇ ਤੁਸੀਂ ਹੈ ਨਹੀਂ ਜੀ ਮੈਂ ਪਹਿਲਾਂ ਵੀ ਕਲਾਸਾਂ ਲਾਈਆਂ ਸੀ ਹੁਣ ਤੁਸੀਂ ਮੇਰੀਆਂ ਕਲਾਸਾਂ ਲਾਓਗੇ ਤਾਂ ਸ਼ਾਇਦ ਮੇਰਾ ਲਾਇਸੈਂਸ ਬਣ ਜੂ ਠੀਕ ਹੈ ਕੋਈ ਗੱਲ ਨਹੀਂ ਜੀ ਜ਼ਰੂਰ ਠੀਕ ਹੈ ਜੀ ਤੁਸੀਂ ਮੇਰੀ ਕਲਾਸਾਂ ਲਾਓ ਠੀਕ ਹੈ ਓਕੇ ਜੀ ਥੈਂਕ ਯੂ ਸਾਰਿਆਂ ਦਾ ਕਰੋ ਤਿਆਰੀ ਤੁਸੀਂ ਅੱਛਾ ਪ੍ਰੀਤ ਭਾਅ ਜੀ ਬੜਾ ਵਧੀਆ ਨਜ਼ਾਰਾ ਇੱਥੇ ਬੜੇ ਵਧੀਆ ਸਟੂਡੈਂਟਾਂ ਦਾ ਅੱਛਾ ਜਿਹੜੀ ਮੈਂ ਗੱਲ ਪੁੱਛਣੀ ਚਾਹੁੰਦਾ ਸੀ ਨਾਲੇ ਆਪਾਂ ਤੁਸੀਂ ਦੱਸ ਦਿਓ ਵੀ ਸਟੂਡੈਂਟ ਜਿਹੜੇ ਆ ਉਹ ਏਅਰਪੋਰਟ ਤੋਂ ਪਿੱਕ ਵੀ ਕਰਦੇ ਆ ਅਤੇ ਰਹਿਣ ਦਾ ਵੀ ਪ੍ਰਬੰਧ ਹੈ ਲੇਡੀਜ਼ ਵਾਸਤੇ ਇੰਸਟ੍ਰਕਟਰ ਜਿਹੜਾ ਉਹ ਅਲੱਗ ਹੈ ਲੇਡੀਜ਼ ਦਾ ਰਹਿਣ ਦਾ ਵੀ ਅਲੱਗ ਪ੍ਰਬੰਧ ਹੈ ਜਿਹੜੇ ਦੂਰੋਂ ਆਉਂਦੇ ਉਹਦੇ ਬਾਰੇ ਦੱਸੋ ਹਾਂਜੀ ਸਾਡਾ ਇਹ ਹੈਗਾ ਏਅਰਪੋਰਟ ਤੋਂ ਪਿਕਅਪ ਡਰੋਪ ਸਾਡਾ ਹੈਗਾ ਅਤੇ ਲੇਡੀਜ਼ ਵਾਸਤੇ ਸਪੈਸ਼ਲ ਕਲਾਸਾਂ ਹੈਗੀਆਂ ਨੇ ਅਤੇ ਜਿਹੜੇ ਬਾਹਰੋਂ ਸਟੂਡੈਂਟ ਆਉਂਦੇ ਆ ਉਹਨਾਂ ਲਈ ਸਾਡੇ ਕੋਲ ਰਹਿਸ ਲਈ ਘਰ ਬਣਿਆ ਹੋਇਆ ਵਿੱਚ ਅਤੇ ਇਹਨਾਂ ਦੀ ਹੋਰ ਜ਼ਿਆਦਾ ਸਹੂਲਤਾਂ ਸਟੂਡੈਂਟਾਂ ਨੂੰ ਈਜ਼ੀ ਆ ਸਵੇਰੇ ਉੱਠ ਕੇ ਆਪਣਾ ਅਰਲੀ ਆਪਣਾ ਜੋ ਵੀ ਪ੍ਰੋਸੈਸ ਆ ਉਹ ਆਪਣੇ ਆਪ ਖੁਦ ਮਿਹਨਤ ਕਰਦੇ ਨੇ ਕੁਝ ਫਿਰ ਸਾਡੀ ਕਲਾਸ ਆ ਕਲਾਸ 'ਚ ਅਸੀਂ ਜਿਹੜੀ ਹੈਗੀ ਆ ਹੋਰ ਬੰਦੇ ਲਈ ਉਹ ਕਰਦੇ ਹਾਂ ਅਤੇ ਰੋਟੀ ਪਾਣੀ ਫਿਰ ਇੱਥੇ ਹੀ ਬਣਾਉਂਦੇ ਕਰਨੇ ਹਾਂਜੀ ਰਾਸ਼ਨ ਅਸੀਂ ਸਾਰਾ ਕੁਝ ਦਿੰਦੇ ਹਾਂ ਅਤੇ ਜੋ ਵੀ ਬਣਾਉਣਾ ਸਾਰੇ ਸਟੂਡੈਂਟ ਆ ਰਲ ਮਿਲ ਕੇ ਆਪਣਾ ਫੂਡ ਬਣਾ ਲੈਂਦੇ ਆ ਅਤੇ
ਮੈਨੂੰ ਪਤਾ ਲੱਗਾ ਸੀ ਪਹਿਲਾਂ ਤਾਂ ਕੀ ਉਹਦਾ ਨਾਮ ਆ ਵੀ ਸਕੂਲ ਆਪਣਾ ਸਾਰਾ ਦੇਖ ਕੇ ਆਇਆ ਮੈਂ ਕਰਕੇ ਆਇਆ ਅਤੇ ਨਾਲ ਦੀ ਨਾਲ ਮੈਨੂੰ ਦੱਸਿਆ ਪ੍ਰੀਤ ਭਾਅ ਜੀ ਨੇ ਵੀ ਨਾਲ ਹੋਰ ਕੰਮਕਾਰ ਵੀ ਸ਼ੁਰੂ ਕੀਤੇ ਆ ਅਤੇ ਕੀ ਨਾਲ ਡਿਸਪੈਚ ਵਗੈਰਾ ਦਾ ਹੁਣ ਸ਼ੁਰੂ ਕੀਤਾ ਕੀ ਕੀਤਾ ਨਹੀਂ ਜੀ ਡਿਸਪੈਚ ਦਾ ਤਾਂ ਆਪਣਾ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਡਿਸਪੈਚ ਦਾ ਹੀ ਸੀਗਾ ਪਹਿਲਾਂ ਡਿਸਪੈਚ ਦਾ ਪਹਿਲਾਂ ਜਦੋਂ ਡਰਾਈਵਿੰਗ ਆਪ ਕਰਦੇ ਸੀ ਟਰੱਕ ਦੇ ਉਦੋਂ ਫਿਰ ਡਿਸਪੈਚ ਉਦੋਂ ਦਾ ਹੀ ਆ ਉਹ ਉਦੋਂ ਡਿਸਪੈਚ ਦਾ ਹੀ ਆ ਅਤੇ ਆਪਾਂ ਡਿਸਪੈਚ ਦਾ ਸਟਾਰਟ ਕੀਤਾ 2007 'ਚ ਅੱਛਾ ਜੀ ਅਤੇ ਫਿਰ ਉਸ ਤੋਂ ਹੁਣ ਡਿਸਪੈਚ ਦਾ ਕਰਦੇ ਹਾਂ ਬ੍ਰੋਕਰੇਜ ਦਾ ਡਿਸਪੈਚ ਇਹਦੇ 'ਚ ਕੀ ਹੁੰਦਾ ਡਿਸਪੈਚ ਦੇ ਵਿੱਚ ਕੀ ਹੁੰਦਾ ਜੀ ਡਿਸਪੈਚ ਟੈਕਨੀਕਲੀ ਕਮਿਸ਼ਨਰ ਕਮਿਸ਼ਨ ਏਜੰਟ ਕਹਿ ਲਓ ਅੱਛਾ ਤੁਸੀਂ ਤੁਹਾਨੂੰ ਫਰੇਟ ਲੱਭ ਕੇ ਦੇਣਾ ਆ ਅਸੀਂ ਆਪਣਾ ਜੋ 5% 10% ਜੋ ਕਮਿਸ਼ਨ ਹੁੰਦਾ ਉਹ ਕੱਟ ਕੇ ਸੋ ਟੈਕਨੀਕਲੀ ਜਿਹੜਾ ਟਰੱਕ ਅਤੇ ਲੋਡ ਦੇ ਵਿਚਕਾਰਲਾ ਰੋਲ ਅਸੀਂ ਹੈਗੇ ਘੱਟ ਆ ਹੁਣ ਪਿਛਲੇ ਸਾਲ ਨਾਲੋਂ ਫਰਕ ਹੈ ਇਸ ਸਾਲ ਦਾ ਬਟ ਹੁਣ ਹੋਰ ਆਪਸ਼ਨ ਕੀ ਆ ਕਿੰਨੀ ਦੇਰ ਰਹਿੰਦਾ ਹੁੰਦਾ ਇਹ ਇਦਾਂ ਦਾ ਕੰਮ ਕਰ ਜਾ ਦੇਖੋ ਜੀ ਹੁਣ ਰਹਿਣਾ ਤਾਂ ਨਹੀਂ ਚਾਹੀਦਾ ਜੀ ਹੁਣ ਤਾਂ ਸਕਾਈ ਹਾਈ ਚਾਹੀਦਾ ਸੀ ਜਿਹੜਾ ਪ੍ਰੋਡਿਊਸ ਆ ਗਰੋ ਹੁੰਦਾ ਹੁਣ ਤਾਂ ਕਾਫੀ ਹਾਈ ਚਾਹੀਦਾ ਸੀ ਇਸ ਟਾਈਮ ਆ ਤਾਂ ਲਾਈਕ ਸੀਜ਼ਨ ਆ ਉਹ ਚਾਹੀਦਾ ਸੀ ਹੈ ਨਹੀਂ ਹੁਣ ਤਾਂ ਕੀ ਕਰ ਸਕਦੇ ਹਨ ਹਾਂਜੀ ਬਿਲਕੁਲ ਤੇ ਹੋਰ ਸਾਨੂੰ ਨਵੀਂ ਤਾਜ਼ੀ ਕਿੱਦਾਂ ਸਭ ਸਕੂਲ ਦਾ ਵਧੀਆ ਚੱਲਦਾ ਹਾਂਜੀ ਸਕੂਲ ਦਾ ਵਧੀਆ ਚੱਲਦਾ ਮੈਂ ਕਿਹਾ ਦੇਖਿਆ ਸਟੂਡੈਂਟ ਬਹਿਆ ਬਹਿਆ ਕਿਰਾਏ ਪਿਆ ਜੀ ਬਸ ਜੀ ਨਵੇਂ ਸਟੂਡੈਂਟ ਆਈ ਜਾਂਦੇ ਆ ਆਪਣੇ ਪੰਜਾਬੀ ਭਰਾ ਨੇ ਮੈਕਸੀਕਨ ਵੀ ਨੇ ਅਮੈਰੀਕਨ ਵੀ ਨੇ ਸਾਰੀਆਂ ਕਮਿਊਨਿਟੀਆਂ ਲਈ ਓਪਨ ਆ ਹਾਂ ਲੇਡੀਜ਼ ਕਾਫੀ ਟ੍ਰੇਨਿੰਗ ਲੈ ਰਹੀਆਂ ਡਰਾਈਵਿੰਗ ਲਾਇਸੈਂਸ ਦਾ ਕਿਉਂਕਿ ਤੁਹਾਡੇ ਪ੍ਰਬੰਧ ਇੱਥੇ ਵਧੀਆ ਲੇਡੀਜ਼ ਵਾਸਤੇ ਲੇਡੀਜ਼ ਵਾਸਤੇ ਅਸੀਂ ਲੇਡੀਜ਼ ਹੀ ਇੰਸਟਰਕਟਰ ਆ ਕਿਉਂਕਿ ਪ੍ਰੋਬਲਮ ਹੁਣ ਆਪਾਂ ਨੂੰ ਕੀ ਆਉਂਦੀ ਆ ਟੀਮ ਡਰਾਈਵਰ ਦੀ ਜਿਹੜੇ ਲਾਅ ਚੇਂਜ ਹੁੰਦੇ ਆ ਲੋਗ ਬੁੱਕ ਵਾਸਤੇ ਸੋ ਹੁਣ ਹਸਬੈਂਡ ਵਾਈਫ ਦੋਨੇ ਆਪਣੇ ਕੋਲ ਲਾਇਸੈਂਸ ਹੈਗਾ ਕਿਉਂ ਪਹਿਲਾਂ ਆਪਣੀ ਲੇਡੀਜ਼ ਸੰਗਦੀਆਂ ਸੀ ਹੈ ਨਾ ਬਈ ਕੀ ਲੋਕ ਕਹਿਣਗੇ ਪਰ ਨਹੀਂ ਹੁਣ ਹੁਣ ਜਿੰਨਾ ਸਾਨੂੰ ਰਿਸਪੋਂਡ ਮਿਲਦਾ ਮੋਸਟ ਲੇਡੀਜ਼ ਆਪਣੇ ਮੁੰਡਿਆਂ ਨੂੰ ਵੀ ਪਹਿਲਾਂ ਲਾਇਸੈਂਸ ਲੈ ਕੇ ਜਾਂਦੀਆਂ ਚੰਗੀ ਗੱਲ ਹੈ ਨਾਲੇ ਕੁੜੀਆਂ ਵੈਸੇ ਸਿਆਣੀਆਂ ਹੁੰਦੀਆਂ ਹੁਣ ਸਕੂਲਾਂ ਦੀ ਗੱਲ ਤੇ ਰਿਜ਼ਲਟ ਦੀ ਗੱਲ ਕਰ ਲਈਏ ਸਕੂਲਾਂ ਕਾਲਜਾਂ ਦੇ ਤੇ ਕੁੜੀਆਂ ਦੇ ਨੰਬਰ ਹਮੇਸ਼ਾ ਨੰਬਰ 1 ਤੇ ਹੁੰਦੀਆਂ ਮੁੰਡੇ ਤਾਂ ਗਾਂ ਦੇ ਪਿੱਛੇ ਦੇ ਪਿੱਛੇ ਹਾਂ ਹਾਂਜੀ ਬਹੁਤ ਮਿਹਨਤ ਵੀ ਕਰਦੀਆਂ ਨੇ ਤੇ ਦੇਖੋ ਹਾਰਡ ਲੇਡੀਜ਼ ਨੂੰ ਜ਼ਿਆਦਾ ਉਹਨਾਂ ਨੇ ਘਰ ਦਾ ਕੰਮ ਕਰਨਾ ਬੱਚਿਆਂ ਨੂੰ ਸਕੂਲ ਛੱਡ ਕੇ ਆ ਕੇ ਫਿਰ ਆਪਣੇ ਸਾਰਾ ਕਰਨਾ ਹੁੰਦਾ ਫਿਰ ਵੀ ਉਹਦੇ ਵਿੱਚ ਵੀ ਲਾਇਸੈਂਸ ਲੈਣਾ ਇਹ ਬਿਗ ਥਿੰਗ ਬੜੀ ਵੱਡੀ ਗੱਲ ਹੈ ਜੀ ਅੱਛਾ ਡਿਸਪੈਚ ਦੇ ਵਿੱਚ ਕਿਹੜੀਆਂ ਕਿਹੜੀਆਂ ਔਕੜਾਂ ਆਉਂਦੀਆਂ ਕੋਈ ਕੋਈ ਆਉਂਦੀ ਪ੍ਰੋਬਲਮ ਕਦੇ ਕਿਸੇ ਤਰ੍ਹਾਂ ਦੀ ਜਾਂ ਕਦੇ ਕੋਈ ਪੰਗਾ ਪਿਆ ਹੋਵੇ ਕਾਫੀ ਔਕੜਾਂ ਆਉਂਦੀਆਂ ਨੇ ਜੀ ਹੁਣ ਦੇਖੋ ਸਾਰਿਆਂ ਦਾ ਜਿਵੇਂ ਸ਼ਿਪਰ ਆ ਬ੍ਰੋਕਰ ਆ ਰਿਸੀਵਰ ਆ ਜਦੋਂ ਡਿਮਾਂਡ ਪ੍ਰੋਡਕਟ ਦੀ ਨਹੀਂ ਹੁੰਦੀ ਤੇ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਕਲੇਮ 'ਚ ਪਾ ਦਿੰਦੇ ਨੇ ਅੱਛਾ ਜੀ ਹਾਂਜੀ ਜਦੋਂ ਕਲੇਮ ਆ ਗਿਆ ਫਾਈਟ ਕਰੀ ਚਲੋ ਫਿਰ ਇੰਸ਼ੋਰੈਂਸਾਂ ਦੇ ਹਿਸਾਬ ਨਾਲ ਕਦੇ ਹੋਇਆ ਤੁਹਾਡੇ ਨਾਲ ਤਾਂ ਹਾਂਜੀ ਬਹੁਤ ਵਾਰੀ ਹੋਇਆ ਬਹੁਤ ਵਾਰੀ ਅਮਨਦੀਪ ਸਿੰਘ ਪੇਪਰ ਵਰਕ ਜਿਹੜਾ ਹੈਗਾ ਅਸੀਂ ਉਹਨੂੰ ਇੱਥੇ ਬੇਸਿਕਲੀ ਡੇਟਾ ਐਂਟਰੀ ਹੈਗੀ ਆ ਤੇ ਆਪਾਂ ਉਹਨੂੰ ਸੰਭਾਲਦੇ ਆ ਤੇ ਜਿਹੜੀ ਵੀ ਅਕਾਊਂਟਿੰਗ ਦੀ ਪ੍ਰੋਸੈਸ ਹੈਗਾ ਆ ਆਪਾਂ ਫਾਈਲਿੰਗ ਪ੍ਰੋਸੈਸ ਆਪਾਂ ਦੇਖਦੇ ਹਾਂ ਸਾਰਾ ਇੱਥੇ ਤੇ ਮੜਾ ਚੈੱਕ ਕਰਕੇ ਦੇਖੋ ਸਾਡਾ ਅਕਾਊਂਟ ਜਿਹੜਾ ਪੰਜਾਬ ਪੁਲਿਸ ਦਾ ਕਿੱਥੇ ਕਰੇ ਤੁਹਾਡਾ ਅਕਾਊਂਟ ਤਾਂ ਇਹਦੇ ਵਿੱਚ ਹੋਇਆ ਨਹੀਂ ਪਰ ਪਾ ਸਕਦੇ ਹਾਂ ਪਾ ਸਕਦੇ ਜੀ ਨਾਲੇ ਵੈਸੇ ਵੀ ਸਾਡੇ ਅਕਾਊਂਟ ਕੰਪਿਊਟਰਾਂ 'ਚ ਥੋੜ੍ਹੀ ਹੁੰਦੇ ਜੀ ਪੰਜਾਬ ਪੁਲਿਸ ਦੇ ਜੇਬਾਂ 'ਚ ਹੀ ਹੁੰਦੇ ਅਕਾਊਂਟ ਜੀ ਉਹ ਹੇਠ ਦੀ ਫੜਾ ਕੇ ਇੱਦਾਂ ਤਾਂ ਜੇਬ 'ਚ ਪਾਉਣੇ ਹੁੰਦੇ ਪੈਸੇ ਉਹ ਥੋੜ੍ਹਾ ਮੇਨਟੇਨ ਕਰਨਾ ਮੁਸ਼ਕਲ ਹੁੰਦਾ ਅੱਜ ਕੱਲ੍ਹ ਅਸੀਂ ਵੈਸੇ ਥੋੜ੍ਹਾ ਜਿਹਾ ਇਹਨਾਂ ਦੀ ਤਰੱਕੀ ਕਰ ਲਈ ਆ ਅੱਛਾ ਜੀ ਅਪਡੇਟ ਕਰ ਲਿਆ ਪੰਜਾਬ ਪੁਲਿਸ ਨੂੰ ਕ੍ਰੈਡਿਟ ਕਾਰਡ ਵੀ ਲੈ ਲਈਦਾ ਉਹ ਕ੍ਰੈਡਿਟ ਕਾਰਡ ਵੀ ਲੈ ਲੈਂਦੇ ਹਾਂਜੀ ਹਾਂ ਰਿਸ਼ਵਤ ਦੇ ਵਿੱਚ ਚੈੱਕ ਵੀ ਲੈ ਲੈਂਦੇ ਰਿਸ਼ਵਤ ਵਾਈਟ ਹੋ ਜਾਂਦੀ ਹੈ ਜੀ ਚੈੱਕ ਵੀ ਲੈ ਲੈਂਦੇ ਫਿਰ ਚੈੱਕ ਵੀ ਹਾਂਜੀ ਚੈੱਕ ਤਾਂ ਚਲੋ ਬਹੁਤ ਛੋਟੀ ਗੱਲ ਹੈ ਜੀ ਚੈੱਕ ਤਾਂ ਅਸੀਂ ਚੈੱਕ ਤਾਂ ਭਰ ਵੀ ਆਪੇ ਲਈਦਾ ਕਈ ਵਾਰੀ ਇਹਦਾ ਚੰਗੀ ਇਨਫੋਰਮੇਸ਼ਨ ਹੈਗੀ ਆ ਫਿਰ ਮੈਂ ਆਪਣੇ ਨਾਲ ਚੈੱਕ ਬੁੱਕ ਵੀ ਲੈ ਜਾਊਂਗਾ ਉੱਥੇ ਜਦ ਇੰਡੀਆ ਜਾਊਂਗਾ ਤੇ ਹਾਂ ਵੈਰੀ ਨਾਈਸ
तो ये डिस्पैचिंग दे विच दे अकाउंट दा किन्ना कु योगदान हुंदा काफी ज्यादा हुंदा कि थोड़ा आ दोनों एक दूसरे दे नाल दोनों फील्ड कंबाइंड हैगियां ने एक्चुअली डिस्पैच भी करदे आ आपां इत्थे कोई एक इत्थे कोई एक पर्टिकुलर एक जॉब नहीं हैगी सारा कुछ इकट्ठा करना पैंदा आ अच्छा अच्छा ते उहदा किहड़ा एरिया पंजाब तो फिर आपणा पंजाब तो मकसूरा ही पिंड हैगा अपना भी अच्छा जी हां जी ठीक है जी ते मैनूं पता लगा शायद छक जे पिंदी कि उदां ही पता नहीं क्यों ਤੁਸੀਂ ਕੋਈ ਹੋਰ ਵੀ ਕਰਦੇ ਜੋਬ ਇੱਥੇ ਹਾਂਜੀ ਮੈਂ ਯੂ ਐਸ ਏਅਰਫੋਰਸ 'ਚ ਹਾਂ ਲੈ ਮੈਂ ਦੱਸੋ ਮਹਾਰਾਜ ਮੈਂ ਉਹੀ ਸੋਚੀ ਜਾਂਦਾ ਜਦੋਂ ਨਾਲ ਦੇਖੋ ਤੇ ਉੱਥੇ ਬੰਦਾ ਮਾੜਾ ਮੋਟੇ ਵੀ ਨੌਕਰੀ ਕਰਦਾ ਅਤੇ ਉਹਨੂੰ ਮੁੜ ਕੇ ਹੋਰ ਕੰਮ ਨਾਲ ਨਹੀਂ ਕੋਈ ਕਰਦਾ ਤੁਸੀਂ ਫਿਰ ਇਹ ਵੀ ਨਾਲ ਕਰਦੇ ਹੋ ਨਾਲ ਏਅਰਫੋਰਸ ਦੀ ਨੌਕਰੀ ਵੀ ਕਰਦੇ ਹੋ ਹਾਂਜੀ ਇਹ ਮੇਰਾ ਪਾਰਟ ਟਾਈਮ ਹੈ ਠੀਕ ਹੈ ਜੀ ਯੂ ਐਸ ਏਅਰਫੋਰਸ ਬਾਰੇ ਕੋਈ ਦੱਸੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਕੀ ਖਾਸੀਅਤ ਹੈ ਕੀ ਵਧੀਆ ਯੂ ਐਸ ਏਅਰਫੋਰਸ ਦੇ ਵਿੱਚ ਮੈਨੂੰ ਹੋ ਗਿਆ ਉੱਥੇ ਕਾਫੀ ਲੌਂਗ ਟਾਈਮ ਮੇਨ ਚੀਜ਼ ਤਾਂ ਇਹੀ ਹੈਗੀ ਹੈ ਕਿ ਟੈਕਨੋਲੋਜੀ ਦੀ ਫੀਲਡ ਹੈਗੀ ਹੈ ਜ਼ਿਆਦਾਤਰ ਇਹ ਜਿਹੜਾ ਇੱਥੇ ਟੈਕਨੋਲੋਜੀਕਲੀ ਜ਼ਿਆਦਾ ਚੀਜ਼ਾਂ ਜੋਬਸ ਹੈਗੀਆਂ ਨੇ ਇਹਦੇ ਵਿੱਚ ਜਿਵੇਂ ਮੈਂ ਤੁਹਾਡੀ ਜੋਬ ਗਰਾਊਂਡ ਹੈ ਜਾਂ ਉੱਪਰ ਫੇਰ ਏਅਰ ਦੇ ਵਿੱਚ ਨਹੀਂ ਮੇਰੀ ਹੈਗੀ ਹੈ ਏਅਰਕ੍ਰਾਫਟ ਮੇਨਟੇਨੈਂਸ ਏਵੀਓਨਿਕ ਟੈਕਨੀਸ਼ੀਅਨ ਹੈਗਾ ਮੈਂ ਅਤੇ ਉਹਦੇ ਵਿੱਚ ਅਸੀਂ ਜਿਹੜੇ ਏਅਰਕ੍ਰਾਫਟ ਦੇ ਪਾਰਟਸ ਹੁੰਦੇ ਨੇ ਅਸੀਂ ਉਹਨੂੰ ਰਿਪੇਅਰ ਇੰਜੀਨੀਅਰਿੰਗ ਵਿੱਚ ਹੈਲਪ ਕਰਦੇ ਹਾਂ ਠੀਕ ਹੈ ਜੀ ਮੈਂ ਕਹਿੰਦਾ ਬਹਿ ਜਾ ਕਰਾਤੀ ਥੈਂਕ ਯੂ ਸੋ ਮੱਚ ਜੀ ਬੱਲੇ ਬੱਲੇ ਜੀ ਬਹਿਜਾ ਕਰਾਈ ਪਈ ਆ ਔਫਿਸ ਤਾਂ ਬੜਾ ਸੋਹਣਾ ਖੁੱਲ੍ਹਾ ਡੁੱਲਾ ਪੂਰਾ ਬਣਾਇਆ ਹੈ ਜੀ ਇਹ ਫਿਰ ਕੰਸਟਰਕਸ਼ਨ ਦਾ ਕਰਕੇ ਫਿਰ ਉਹ ਜ਼ਿਆਦਾ ਵਧੀਆ ਬਣਾਇਆ ਜੀ ਹਾਂਜੀ ਕੰਸਟਰਕਸ਼ਨ ਦਾ ਔਫਿਸ ਹੁਣੇ ਬਣਾਇਆ ਚਲੋ ਮੈਂ ਕਰ ਲਾਂ ਜੀ ਮਾੜੀ ਜੀ ਗੱਲਬਾਤ ਅਤੇ ਫਿਰ ਤੁਹਾਡੇ ਨਾਲ ਵੀ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਹ ਤੁਸੀਂ ਬੜਾ ਵੱਡਾ ਨਕਸ਼ਾ ਰੱਖਿਆ ਮੂਹਰੇ ਕੀ ਇਹ ਬਣਾਉਣ ਲੱਗੇ ਕੁਛ ਨਹੀਂ ਜੀ ਅਸੀਂ ਤਾਂ ਘਰ ਦੇ ਹੀ ਬੰਦੇ ਅੱਛਾ ਅੱਛਾ ਠੀਕ ਹੈ ਮੈਂ ਕਿਹਾ ਸ਼ਾਇਦ ਵੀ ਤੁਸੀਂ ਨਕਸ਼ਾ ਨੁਕਸ਼ਾ ਪਾਸ ਕਰੋ ਕੀ ਨਾਮ ਤੁਹਾਡਾ ਮੇਰਾ ਨਾਂ ਸਰਬਜੀਤ ਕੌਰ ਸਰਬਜੀਤ ਜੀ ਹਾਂਜੀ ਤੇ ਕਿਹਦੇ ਕਰਦੇ ਹੋ ਤੁਸੀਂ ਇੱਥੇ ਫਿਰ ਉਹ ਵੀ ਦੱਸ ਦਿਓ ਜਸਵੀਰ ਸਿੰਘ ਦੀ ਵਾਈਫ ਹਾਂ ਅੱਛਾ 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 ਜਿਹੜੇ ਕੰਸਟਰਕਸ਼ਨ ਵਾਲੇ ਭਾਜੀ ਉਹਨਾਂ ਨਾਲ ਕਰਨੀ ਗੱਲ ਬਾਤ ਹਾਂਜੀ ਤੇ ਤੁਹਾਡੇ ਚ ਗੁੱਸਾ ਕਿਹਨੂੰ ਆਉਂਦਾ ਦੋਹਾਂ ਤੋਂ ਜ਼ਿਆਦਾ ਮੈਨੂੰ ਤੁਹਾਨੂੰ ਨਾ ਠੀਕ ਹੈ ਜੀ ਉਹ ਲੱਗ ਹੀ ਰਿਹਾ ਤਾਂ ਹੀ ਉਹ ਬੈਠੇ ਆ ਦੂਰ ਇੰਨੀ ਵੇਜ ਹੈ ਹੈਲੋ ਗੁੱਡ ਮਾਰਨਿੰਗ ਕੀ ਹਾਲ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਹਾਡਾ ਕੀ ਨਾਮ ਜੀ ਕਮਲਜੀਤ ਅੱਛਾ ਜੀ ਇੱਥੇ ਮੈਂ ਤੁਸੀਂ ਮੈਂ ਵੀ ਤੁਹਾਡੇ ਮੂਹਰੇ ਬੜੇ ਨਕਸ਼ੇ ਪਏ ਦੇਖ ਰਿਹਾ ਮੈਂ ਤਾਂ ਬਸ ਮਿਲਣ ਆਈ ਹਾਂ ਮੈਂ ਕੈਨੇਡਾ ਤੋਂ ਆਈ ਹਾਂ ਅੱਛਾ ਵਾਜੀ ਵਕਰੇ ਦਾ ਇਹਨਾਂ ਦੱਸਿਆ ਸੀ ਵੀ ਆਫਿਸ ਖੋਲਿਆ ਤੇ ਮੈਂ ਚਲੋ ਬੜੀ ਚੰਗੀ ਗੱਲ ਹੈ ਜੀ ਬੜੀ ਚੰਗੀ ਗੱਲ ਬੜਾ ਵਧੀਆ ਮਾਹੌਲ ਹੈ ਜੀ ਇੱਥੇ ਦੇਖੋ ਇਹ ਭੈਣ ਜੀ ਹੁਣੀ ਆਏ ਹੋਏ ਸਾਰੇ ਤੇ ਨਾਲੇ ਨਹੀਂ ਬਹੁਤ ਵਧੀਆ ਲੱਗਿਆ ਮੈਂ ਤਾਂ ਅੱਗੇ ਉਹਨਾਂ ਨੂੰ ਕਹਿੰਦੀ ਬਹੁਤ ਖੁਸ਼ੀ ਹੋਈ ਵੀ ਤੁਸੀਂ ਆਫਿਸ ਖੋਲਿਆ ਜਿਸ ਵੀ ਕਿਹੜੀ ਜਗ੍ਹਾ ਫੇਰ ਮੈਂ ਸਰੀ ਸਰੀ ਵੈਨਕੂਵਰ ਹਾਂਜੀ ਹਾਂ ਉਹ ਪੰਜਾਬੀ ਮਾਹੌਲ ਹੈ ਜੀ ਹਾਂਜੀ ਬਸ ਜੀ ਹੁਣ ਕੰਸਟਰਕਸ਼ਨ ਦਾ ਕੰਮ ਆਪ ਕਰਦੇ ਇੰਨਾ ਵਧੀਆ ਬਣਾਉਣੇ ਬਣਾ ਸੀ ਕੰਸਟਰਕਸ਼ਨ ਦਾ ਤੁਸੀਂ ਘਰਾਂ ਦੀ ਨਹੀਂ ਕਰਦੇ ਨਾ ਘੱਟ ਕਰਦੇ ਆ ਪਰ ਕਸਟਮ ਮੇਡ ਅੱਛਾ ਜੀ ਹਾਂਜੀ ਤੇ ਗੈਸ ਸਟੇਸ਼ਨ ਹੋਟਲ ਹੋਟਲ ਵੱਡੇ ਮਤਲਬ ਮੋਟੇ ਕੰਮ ਨੂੰ ਹੱਥ ਪਾਉਣੇ ਸਿੱਧੇ ਲਫ਼ਜ਼ਾਂ 'ਚ ਉਹ 'ਚ ਸਰਦਾਰੀ ਘੱਟ ਆ ਸਰਦਾਰੀ ਘੱਟ ਆ ਤੇ ਸਰਦਾਰੀ ਵਾ ਉਹ ਵੱਧ ਹੈ ਯਾਨੀ ਕਿ ਉਹ 'ਚ ਇਹ ਵੀ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਲਾ ਲਓ ਸਾਲ ਲੰਘ ਜਾਂਦਾ ਅੱਛਾ ਤੇ ਆਰਾਮ ਨਾਲ ਕਰ ਲਈਦਾ ਕਿੰਨੀ ਦੇਰ ਹੋ ਗਈ ਕੰਸਟਰਕਸ਼ਨ ਦਾ ਕੰਮ ਕਰਦੇ ਇਹ ਆਪਣਾ ਦੀਪ ਭਾਜੀ ਉਹਨੂੰ ਸਾਰੇ ਨਾਲ ਇਕੱਠੇ ਕਰਦੇ ਹਾਂਜੀ ਦੀਪ ਹੁਣੀ ਮਤਲਬ ਪ੍ਰੋਫੈਸ਼ਨਲ ਹੀ ਹੁਣ ਸ਼ੁਰੂ ਕੀਤਾ ਪਿਛਲੇ ਸਾਲ ਤੋਂ ਅੱਛਾ ਉਦਾਂ ਸਾਨੂੰ ਹੋ ਗਏ ਟੋਟਲ ਕੰਮ ਕਰਦਿਆਂ ਨੂੰ 2007 'ਚ ਸ਼ੁਰੂ ਕੀਤਾ ਸੀ ਅੱਛਾ ਜੀ ਹਾਂਜੀ ਤੇ ਕਿ ਹੁਣ ਤੱਕ ਕਿੰਨੇ ਕੁ ਬਣਾਤੇ ਘਰ ਘੁਰ ਹੋਟਲ ਹੋਟਲ ਜਦੋਂ ਹੁਣ ਤਾਂ ਹੋਟਲ ਗੈਸਟ ਬਥੇਰੇ ਬਣਾਤੇ ਹੋਣੇ ਜੀ ਨਹੀਂ ਹੋਟਲ ਤਾਂ ਅਸੀਂ ਜ਼ਿਆਦਾ ਨਹੀਂ ਬਣਾਏ ਪਰ ਪਹਿਲਾਂ ਜਿੱਦਾਂ ਮੈਂ ਜ਼ਿਆਦਾ ਲਾ ਲਾ ਟਰੱਕ ਵਾਸ਼ ਟਰੱਕ ਰਿਪੇਅਰ ਸ਼ੋਪ ਦੂਜੇ ਆਪਣੇ ਜਾੜ ਅਤੇ ਗੈਸ ਸਟੇਸ਼ਨ ਉਹ ਬਣਾਏ ਹਾਂਜੀ ਉਹ ਬਣਾਏ ਨੇ ਪਹਿਲਾਂ ਸਾਰਾ ਕੁਛ ਮਤਲਬ ਬਹਿ ਜਾ ਕਰਾਤੇ ਆ ਜੀ ਹਾਂਜੀ ਇਹ ਕਿਸਮ ਦੀ ਠੇਕੇਦਾਰੀ ਹੋ ਗਈ ਜੀ ਹਾਂਜੀ ਠੇਕੇਦਾਰੀ ਹੈ ਜੀ ਅਤੇ ਇੰਡੀਆ ਵਾਲੇ ਠੇਕੇਦਾਰਾਂ ਦੇ ਠੇਕੇਦਾਰਾਂ 'ਚ ਕੀ ਫਰਕ ਹੈ ਫਰਕ ਇਹ ਆ ਵੀ ਇੱਥੇ ਰਿਸਪੋਂਸੀਬਿਲਟੀ ਪੂਰੀ ਆ ਅੱਛਾ ਜੀ ਹੇਰਾਫੇਰੀ ਨਹੀਂ ਕਰੀਦੀ ਬੇਈਮਾਨੀ ਨਹੀਂ ਹੈਗੀ ਇੰਡੀਆ ਤੋਂ ਹੁਣ ਉਹ ਕਈ ਵਾਰੀ ਪੁਲ ਬਣਾਉਂਦੇ ਆ ਤੇ ਲੀਡਰ ਰਿਕਾਰਡਨ ਕਰਨ ਜਾਂਦਾ ਉਦੋਂ ਪਹਿਲੇ ਟਾ ਜਾਂਦੇ ਆ ਤੇ ਦੂਜਾ ਜੇ ਅਸੀਂ A to Z ਕੰਪਲੀਟ ਆ ਜਾਂਦਾ ਲਾ ਲਓ ਮਤਲਬ ਆਪਾਂ ਸ਼ੁਰੂ ਕਰ ਲਿਆ ਤਗਲੇ ਨੂੰ ਚਾਬੀ ਦੇਣੀ ਆ ਲਓ ਜੀ ਅੱਛਾ ਚਲੋ ਅੰਦਰ ਇੰਡੀਆ ਆਪਣੇ ਹੁੰਦਾ ਵੀ ਆ ਜੀ ਬਿਜਲੀ ਵਾਲਾ ਨਹੀਂ ਆਇਆ ਅੱਜ ਲੱਕੜ ਵਾਲਾ ਨਹੀਂ ਆਇਆ ਹਾਂਜੀ ਸਾਰੇ ਇੰਡੀਆ 5-6 ਠੇਕੇਦਾਰ ਹੁੰਦੇ ਅਲੱਗ ਅਲੱਗ ਇੱਥੇ ਇੱਕੋ ਹੀ ਆ ਇੱਥੇ ਬਹੁਤ ਵਧੀਆ ਸਿਸਟਮ ਆ ਜੀ ਇੱਥੇ ਮੈਂ ਦੇਖਿਆ ਤੇ ਇੱਥੇ ਜਿਹੜੇ ਘਰ ਤਕਰੀਬਨ ਲੱਕੜ ਦੇ ਹੈਗੇ ਨੇ ਜਾਂ ਤੁਸੀਂ ਆਪਾਂ ਕੋਈ ਵੀ ਕੰਸਟਰਕਸ਼ਨ ਕਰਦੇ ਹਾਂ ਹੋਟਲਾਂ ਦੀ ਲਾ ਲਓ ਚਾਹੇ ਕਾ ਟਰੱਕ ਵਾਸ਼ ਵਗੈਰਾ ਅਤੇ ਮੋਸਟਲੀ ਲੱਕੜ ਦੇ ਹੁੰਦੇ ਅਤੇ ਇਹ ਫਿਰ ਟਿਕਦੇ ਕਿੱਦਾਂ ਨਹੀਂ ਲੱਕੜ ਦੇ ਨਹੀਂ ਅਸਲ ਵਿੱਚ ਮਿਹਨਤ ਸਟੀਲ 'ਤੇ ਖੜੇ ਹੁੰਦੇ ਥੱਲੇ ਕੰਕ ਦੀ ਡਿਆ ਸੀਮਿੰਟ ਕੰਕ ਦੀ ਡਿਆ ਅੱਛਾ ਉਹਦੀ ਫੁਟੇਜ ਆ ਲੱਕੜ ਦੇ ਵਿੱਚ ਲਾ ਲਓ ਸਾਈਡਾਂ ਹੀ ਲੱਗੀਆਂ ਹੁੰਦੀਆਂ ਅੱਛਾ ਹਾਂਜੀ ਅਤੇ ਤੁਹਾਡਾ ਕਿਹੜਾ ਏਰੀਆ ਪੰਜਾਬ ਤੋਂ ਮੇਰਾ ਜੀ ਡਿਸਟ੍ਰਿਕਟ ਜਲੰਧਰ ਅਤੇ ਜਲੰਧਰ ਦੀ ਪੁਲਿਸ ਤਾਂ ਚੰਗੀ ਸੀ ਮੇਰੇ ਖਿਆਲ ਤਾਂ ਨਹੀਂ
ਪੁਲਿਸ ਸਾਰੀ ਚੰਗੀ ਹੁੰਦੀ ਹੈ। ਵੱਧ ਤੋਂ ਵੱਧ ਪੈਸੇ, ਵੱਧ ਤੋਂ ਵੱਧ ਪੈਸੇ ਕਿੰਨੇ ਦਿੱਤੇ ਪੁਲਿਸ ਨੂੰ ਉੱਥੇ ਕਦੇ? ਮੈਂ ਕੱਢ ਹੀ ਦਿੱਤੇ ਪੈਸੇ ਪੂਏ ਸਰ। ਨਹੀਂ ਫਿਰ ਵੀ 50 ਦਿੱਤਾ ਹੀ ਹੁਣ? ਨਹੀਂ ਇੱਕ ਅੱਧੀ ਵਾਰ ਦਿੱਤਾ 500। ਹਾਂ ਦੇਖੋ ਜੀ ਫਿਰ 500 ਫਿਰ ਮਤਲਬ ਅਮੀਰ ਬੰਦੇ ਹੋ ਤੁਸੀਂ। ਹਾਂ ਬਈ ਅਮੀਰ ਬੰਦੇ 500 ਤੋਂ ਅਮਰੀਕਾ ਤੋਂ ਗਏ ਸੀ ਜਦੋਂ ਦਿੱਤਾ ਸੀ। ਅੱਛਾ ਅੱਛਾ ਉਹ ਵੀ ਤਾਂ ਦਿੱਤਾ ਹੈ ਜਦੋਂ ਉੱਥੇ ਹੁੰਦੇ ਉਦੋਂ ਨਹੀਂ ਦੇਈਦਾ ਪਿਆ। ਅੱਛਾ ਉਦੋਂ ਤਾਂ ਫਿਰ ਪੁਲਿਸ ਦੇ ਬੋਲ ਹੀ ਲੰਘ ਜਾਂਦੇ ਹੋਣੇ ਲੈ ਕੇ ਸਕੂਟਰ ਮੋਟਰਸਾਈਕਲ। ਨਹੀਂ ਉਦੋਂ ਇੰਨੇ ਕੁ ਜਾਣ ਪਛਾਣ ਵਾਲੀ ਹੁੰਦੇ ਸੀ। ਅੱਛਾ ਜੀ ਜਿਹੜੇ ਸਲੂਟ ਮਾਰਦੇ ਸੀ ਆ ਵੀ ਕਹਿੰਦੇ ਚੱਲ ਛੱਡੋ ਯਾਰ। ਚਲੋ ਠੀਕ ਹੈ ਜੀ ਕੋਈ ਹੋਇਆ ਕੰਮ ਕਾਰ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ। ਕੋਈ ਇਹ ਗੁੜੀਆ ਕਿੱਥੇ ਸੀ ਤੂੰ ਪਹਿਲਾਂ ਤਾਂ ਨਹੀਂ ਸੀ? ਕੀ ਨਾਮ ਹੈ? ਜੈਨਸ ਕੌਰ। ਅੱਛਾ ਕਿਹੜੀ ਕਲਾਸ 'ਚ ਪੜ੍ਹਦੇ? ਮੈਂ ਹੁਣ 8th 'ਚ ਜਾਣਾ। ਜਾਣਾ ਹਾਂ ਜੀ। ਹਾਂਜੀ ਕਦੋਂ ਜਾਣਾ? ਮੰਡੇ ਨੂੰ ਸ਼ੁਰੂ ਹੋਣਾ ਸਕੂਲ। ਅੱਛਾ ਨਹੀਂ ਪਹਿਲਾਂ ਕਿਉਂ ਨਹੀਂ ਗਏ 8th 'ਚ? ਲੋਕ ਲੱਗਿਆ ਸੀ? ਹਾਂਜੀ ਉਹਨੂੰ। ਅੱਛਾ ਮੈਨੂੰ ਇਹ ਦੱਸੋ ਤੁਸੀਂ 8th 'ਚ ਜਾਣਾ ਤਾਂ ਬੜੀ ਵਧੀਆ ਸਟੱਡੀ ਕਰਦੇ ਇੱਧਰ, ਜਿਹੜੀ ਇੱਕ ਵੱਡੀ ABC ਹੁੰਦੀ ਹੈ, ਹਾਂਜੀ ਇੱਕ ਛੋਟੀ ABC ਹੁੰਦੀ ਹੈ, ਜਿਹੜੀ ਛੋਟੀ ABC ਹੈ ਵੱਡੀ ABC ਨੂੰ ਕਿੰਨੀ ਛੋਟੀ ਹੁੰਦੀ ਹੈ? ਅੱਧਾ ਕੁ ਸਾਈਜ਼ ਹੁੰਦਾ। ਨਹੀਂ ਉਮਰ 'ਚ? ਦੋ ਸਾਲ। ਦੋ ਸਾਲ ਛੋਟੀ ਹੈ। ਵੈਰੀ ਗੁੱਡ ਵੈਰੀ ਗੁੱਡ, ਬਹੁਤ ਵਧੀਆ ਜਵਾਬ ਦਿੱਤਾ ਵੀ ਸ਼ਾਗਿਰ, ਬਹੁਤ ਵਧੀਆ। ਹਾਂਜੀ ਇੱਧਰ ਭਾਅ ਜੀ ਉਹਨਾਂ ਕੋਲ ਹੁਣ ਬਾਣੀ ਬੂਣੀ ਕਰੀਏ। ਹਾਂਜੀ ਦੀਪ ਭਾਅ ਜੀ, ਚੰਗਾ ਜੀ ਫਿਰ ਦੀਪ ਸਿੱਧੂ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਫਿਰ ਚਾਹ ਪਾਣੀ? ਚਾਹ ਪਾਣੀ ਪਿਲਾ ਦਿਓ, ਕੋਈ ਗੱਲ ਨਹੀਂ। ਹਾਂਜੀ ਮੈਂ ਤੁਹਾਨੂੰ ਨਹੀਂ ਪੁਲਿਸ ਦਾ ਚਾਹ ਪਾਣੀ ਜਿਹੜਾ ਹੁੰਦਾ ਜੀ ਉਹ ਕੋਈ ਮਾੜਾ ਮੋਟਾ ਜਿੱਦਾਂ ਚਲੋ ਮਾਨਤਾ ਨਹੀਂ ਹੁੰਦਾ ਜੀ। ਹਾਂਜੀ ਹਾਂਜੀ ਬੰਦੇ ਨਾਲ ਖਾਣ ਪੀਣ ਜਾਣਾ, ਇੱਜ਼ਤ ਦਾ ਕੀ ਹੈ ਕਦੇ ਵੱਧ ਗਈ ਕਦੇ ਘੱਟ ਗਈ? ਦੇਖੋ ਜੀ ਚਾਹ ਪਾਣੀ ਦਾ ਇੱਦਾਂ ਆ ਵੀ ਤੁਸੀਂ ਚਲੋ ਘਰੇ, ਉੱਥੇ ਤੁਹਾਨੂੰ ਚਾਹ ਬਣਾ ਵੀ ਪਿਲਾਵਾਂਗੇ ਅਤੇ ਪਾਣੀ ਵੀ ਪਿਲਾਵਾਂਗੇ। ਨਹੀਂ ਚਲੋ ਬਾਹਲਾ ਨਹੀਂ ਆਪਾਂ ਜ਼ੋਰ ਪਾਉਂਦੇ, ਤੁਸੀਂ ਮੈਨੂੰ ਐਂ ਕਰੋ ਕਿ $500 ਦੇ ਦਿਓ। ਦੇਖੋ ਚਾਹ ਪਾਣੀ ਦਾ 500 ਤਾਂ ਬਹੁਤ ਜ਼ਿਆਦਾ ਆ। ਉਹਨੂੰ ਚਾਹ ਪਾਣੀ ਇਕੱਲੀ ਥੋੜ੍ਹੀ ਹੁੰਦੀ ਹੈ ਜੀ, ਫਿਰ ਚਾਹ ਪਾਣੀ ਦੇ ਨਾਲ ਕਈ ਓਟ ਪੋਟ ਵੀ ਹੁੰਦੇ ਨੇ ਜੀ, ਤੁਹਾਨੂੰ ਪਤਾ ਮੈਂ ਵੱਡੇ ਸਾਹਿਬ ਵਾਸਤੇ ਜੇ ਇੱਕ ਬੋਤਲ ਵੀ ਲਿਆਣੀ ਹੋਵੇ ਵੀ $150 ਦੀ ਪੀਂਦਾ, ਇੱਦੂ ਘੱਟ ਪੀਂਦਾ ਨਹੀਂ। ਹੁਣ ਇੱਥੇ ਊਬਰ ਸਰਵਿਸ ਹੈਗੀ ਆ, ਮੈਂ ਤੁਹਾਨੂੰ ਚਾਹ ਵੀ ਮੰਗਾ ਦਿੰਦਾ ਪਾਣੀ ਵੀ ਮੰਗਾ ਦਿੰਦਾ। ਕੋਈ ਨਹੀਂ ਕਾਹਨੂੰ ਖੇਚਲ ਕਰਨੀ, ਮੈਂ ਆਪੇ ਜਾਂਦਾ ਜਾਂਦਾ ਮੱਥਾ ਮਾਰੂ, ਤੁਸੀਂ ਕਾਹਨੂੰ ਐਵੇਂ ਟੈਨਸ਼ਨ ਲੈਣੀ ਬਾਹਰ ਅੱਗੇ ਇੰਨੀ ਧੁੱਪ, ਤੁਸੀਂ ਮੈਨੂੰ ਦੇ ਦਿਓ $500। ਮੈਂ ਨਾ ਤੁਹਾਨੂੰ ਇੱਦਾਂ ਕਰਦਾ, ਚਲੋ ਹੁਣ ਤੁਸੀਂ ਘਰ ਆਏ ਹੋ, ਸਾਨੂੰ ਇਹ ਸਿਖਾਇਆ ਵੀ ਘਰੇ ਖਾਲੀ ਨਹੀਂ ਮੋੜਨਾ ਕਿਸੇ। ਅੱਛਾ ਜੀ ਵਾਹ ਜੀ ਵਾਹ, ਚਲੋ ਥੈਂਕ ਯੂ। ਠੀਕ ਹੈ ਜੀ, ਇਹ ਆਹ ਲਓ ਜੀ ਤੁਹਾਡੇ ਚਾਹ ਪਾਣੀ। ਚਾਹ ਪਾਣੀ ਜੀ? ਤੁਸੀਂ ਚਾਹ ਪਾਣੀ ਮੰਗਿਆ? ਇਹ ਤਾਂ ਕਟੇਲਰ ਹੈ ਜੀ। ਦੇਖੋ ਇੱਦਾਂ ਪੰਜਾਬ ਪਲੇਸ ਜੀ, ₹5 ਦਾ ਕੱਪੋਂ ਚਾਹ ਦਾ ਆਉਂਦਾ, ਪਾਣੀ ਫ੍ਰੀ ਹੈ ਜਿੰਨਾ ਮਰਜ਼ੀ। ਇਹ ਤਾਂ ਜੀ ਦੇਖੋ ਬੇਇੱਜ਼ਤੀ ਜੀ ਵਾਲੀ ਗੱਲ ਹੋ ਗਈ, ਪੁਲਿਸ ਦੀ ਐ ਚੰਗਾ ਜਿਹਾ ਨਹੀਂ ਲੱਗਦਾ। ਨਹੀਂ ਅਮਰੀਕਾ ਦਾ ਡਾਲਰ ਆ ਪਿਕਚਰ, ਫੋਟੋ ਦੇਖੋ ਇਹਦੇ 'ਤੇ। ਲਓ ਜੀ ਫਿਰ ਇੱਦਾਂ ਕਰਦੇ ਹਾਂ ਆਪਾਂ, ਇਹ ਆ ਲਓ ਜੀ। ਅੱਛਾ ਜੀਰੋਆਂ ਇੰਨਾ ਕਿੱਦਾਂ ਲੱਗਣਗੀਆਂ ਜੀ? ਦੋ ਜੀਰੋਆਂ? ਜੀਰੋਆਂ ਤੁਸੀਂ ਜਿੱਦਾਂ ਮਰਜ਼ੀ ਲਓ, ਪੈਂਦੇ ਦਿਨਾਂ ਤੁਸੀਂ ਲਾ ਲਓ ਜਿੰਨੀਆਂ ਮਰਜ਼ੀ। ਇਹਨਾਂ ਗੱਲ ਬਣਨੀ ਨਹੀਂ ਜੀਰੋ ਨਾ ਭਾਅ ਜੀ, ਐਂ ਥੋੜ੍ਹਾ ਜਿਹਾ ਦੇਖੋ ਚੰਗਾ ਜਿਹਾ ਨਹੀਂ ਲੱਗਦਾ ਮੈਨੂੰ ਵਾਰ ਵਾਰ। ਨਹੀਂ ਫਿਰ ਗੁੱਸਾ ਨਾ ਕਰੋ ਤੁਸੀਂ, ਫਿਰ ਲਓ ਤੁਹਾਨੂੰ ਨਾ ਇੱਦਾਂ ਕਰਦੇ ਹਾਂ, ਇਹ ਆ ਲਓ ਜੀ। ਹੁਣ ਇੰਨੇ ਹੀ ਮੇਰੇ ਕੋਲ ਕੈਸ਼ ਸੀਗਾ, ਕ੍ਰੈਡਿਟ ਕਾਰਡ ਜੇ ਲੈ ਲਓਗੇ ਤੁਸੀਂ। ਚਲੋ ਜੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਕ੍ਰੈਡਿਟ ਕਾਰਡ ਮੇਰੀ ਮਸ਼ੀਨ ਰਹਿ ਗਈ ਘਰੇ, ਉਹ ਖਰਾਬ ਹੋਈ ਹੋਈ ਸੀ ਅਤੇ ਮੈਂ ਉਹਨੂੰ ਠੀਕ ਕਰਨ ਵਾਸਤੇ ਭੇਜਣੀ ਸੀਗੀ। ਫਿਰ ਤਾਂ ਹੋਰ ਵੀ ਵਧੀਆ ਸੀ, ਇਹ ਕ੍ਰੈਡਿਟ ਕਾਰਡ ਹੁੰਦਾ ਚਲੋ ਠੀਕ ਸੀ। ਚਲੋ ਜੀ ਕੋਈ ਗੱਲ ਨਹੀਂ, ਇਹਨੂੰ ਕਹਿੰਦੇ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਐਂਡ ਆਈ ਵਿਲ ਬੀ ਕਮ ਅਗੇਨ ਐਂਡ ਸੀ ਯੂ ਟਮਾਰੋ। ਨੋ ਟਮਾਰੋ ਨਹੀਂ, ਅਗਰ ਅਦਰ ਟਾਈਮ। ਠੀਕ ਹੈ ਜੀ, ਹੁਣ ਤੁਸੀਂ ਨਾ ਜਦੋਂ ਮਿਲਾਂਗੇ ਵਰਦੀ 'ਚ ਨਾ ਮਿਲਿਓ ਬਸ। ਕਿਉਂ ਜੀ ਕੀ ਗੱਲ? ਵਰਦੀ ਮਹਿੰਗੀ ਪੈਂਦੀ ਆ, ਮੈਨੂੰ 2 ਘੰਟੇ ਜੋਬ ਕਰਨੀ ਪੈਣੀ ਆ ਖੜ ਕੇ, ਤਾਂ ਮੇਰੇ ਕੋਲ ਇੰਨੇ ਪੈਸੇ ਬਣ। ਨਹੀਂ ਜਿੰਨੇ ਤੁਹਾਡੇ ਤੋਂ ਉਦਾਂ ਹੀ ਬਣ ਜਾਣੇ, ਕੋਈ ਨਹੀਂ ਥੈਂਕ ਯੂ। ਹੁਣ ਇਹਨਾਂ ਵਾਪਸ ਮੰਗ ਲਿਓ ਕਿਤੇ ਚੱਲਾਂ ਮੈਂ ਭਰਾਵਾ। ਆਹੀ ਚੱਕ ਜਿਹੜੀ, ਹੋਰ ਤਾਂ ਕੁਛ ਲੱਭਾ ਨਹੀਂ ਤੇਰੀ ਭਾਰੇ ਵਾਵਾ, ਕੁਛ ਤਾਂ ਹੋਊਗਾ ਜੀ ਇਹਦੇ 'ਚ। ਉਹ ਹਾਂਜੀ ਹਾਂਜੀ ਭਾਅ ਜੀ ਹੌਲਦਾਰ ਸਾਹਿਬ, ਇਹ ਤੁਸੀਂ ਕੀ ਕਰਨ ਲੱਗੇ? ਉਹ ਨਹੀਂ ਜੀ ਮੈਂ ਵੈਸੇ ਮੈਂ ਦੇਖਿਆ ਜੀ ਕੁਛ ਤਾਂ ਹੈਗਾ ਰੋਲ ਜੇ ਪਏ, ਕੁਛ ਤਾਂ ਹੋਊਗਾ ਇਹਦੇ 'ਚ। ਇੱਕ ਰੋਲ ਦੀ ਕੀਮਤ ਇਹਦੀ $4 million ਆ। $4 million ਜੀ? ਹਾਂਜੀ। ਤੇ ਕੀ ਹੈ ਇਹਦੇ 'ਚ, ਕੋਈ ਸੋਨਾ ਸੋਨਾ ਪਿਆ, ਹੀਰੇ ਹੂਰੇ ਪਏ, ਕੀ ਹੈ ਇਹਦੇ 'ਚ? ਇਹ ਮੈਂ ਪਿਆ ਜੋ ਗੈਸ ਸਟੇਸ਼ਨ ਸਟਾਰਟ ਕੀਤਾ ਸੀ ਬਣਾਉਣ ਲੱਗੇ ਹਾਂ, ਹਾਂਜੀ ਉਹਦਾ ਇਹ ਪਲਾਨ ਆ। ਸੋ ਇਸ ਪਲਾਨ ਦੇ ਬਿਹਾਫ ਦੇ ਉੱਤੇ ਗੈਸ ਸਟੇਸ਼ਨ ਬਣਨਾ। ਅੱਛਾ ਅੱਛਾ, ਮੈਂ ਸੋਚਿਆ ਜੀ ਪਤਾ ਨਹੀਂ ਖੈਰ ਵਿੱਚ ਕੇ ਇਹਦੇ ਹੀਰੇ ਹੂਰੇ ਜਿਹੜੇ ਤਾਂ ਇੰਨਾ ਮਹਿੰਗਾ, ਇਹ ਕੀ ਹੁੰਦੇ ਇਹ ਨਕਸ਼ੇ ਤਾਂ ਬਣਾਉਣੇ ਪੈਂਦੇ ਪਹਿਲਾਂ, ਕੀ ਕਰਨਾ ਪੈਂਦਾ? ਨਹੀਂ ਨਕਸ਼ੇ ਬਣਾਉਣੇ ਪੈਂਦੇ ਨੇ, ਜੋ ਕੁਛ ਇਹਦੇ ਉੱਤੇ ਪੇਪਰ ਦਾ ਅਤੇ ਉਹ ਹੀ ਸਾਨੂੰ ਪ੍ਰੈਕਟੀਕਲ ਹੋ ਜਾਣਾ ਬਾਅਦ 'ਚ, ਉਹ ਹੀ ਕਰਨਾ। ਹਾਂਜੀ ਉਹ ਨਹੀਂ ਵੀ ਇੱਥੇ ਆਪਾਂ ਬਣਾ ਤਾ ਪਿੱਛੇ ਕਮਰਾ 12x15 ਦਾ ਅਤੇ ਮੁੜ ਕੇ ਵਧਾ ਕੇ ਤਾਂ ਕਰ ਲਓ ਵਿਹੜਾ ਵਿੱਚ ਲੈ ਲਓ, ਇੱਦਾਂ ਨਹੀਂ ਕਰ ਸਕਦੇ? ਨਹੀਂ ਜੀ ਇੱਦਾਂ ਨਹੀਂ ਹੋਣੀ। ਠੀਕ ਹੈ ਜੀ, ਅੱਛਾ ਨਕਸ਼ੇ ਆਏ? ਹਾਂਜੀ ਹਾਂਜੀ। ਚਲੋ ਮਿਹਰਬਾਨੀ ਜੀ, ਥੈਂਕ ਯੂ। ਥੋੜ੍ਹੇ ਜਿਹੇ ਵੈਸੇ ਹੀ ਮਤਲਬ ਸਮਝੋ ਵੀ ਉੱਦਾਂ ਹੀ ਸੀ ਮੈਂ ਆਇਆ ਇੱਧਰ ਨੂੰ। ਹਾਂਜੀ ਗੁੱਸਾ ਨਾ ਕਰਿਓ, ਬਾਏ ਬਾਏ। ਲੈ ਵੀ ਬਿਕਰਾ ਚੱਲੀਏ ਆਪਣੀ ਇੱਜ਼ਤ ਬਣਾ ਕੇ।